ਸਰੀਫ ਨੂੰ ਵਿਆਹ ਸੀਗਾ ਬਾਬੇ ਨੇ 4000 ਰੁਪਈਆ ਮੰਗਿਆ 1000 ਮੈਂ ਦਿੱਤਾ ਵਾ ਮੈਂ ਕਿਹਾ ਦੇ ਮੇਰੇ ਕੋਲ ਪੈਸੇ ਹੈ ਨਹੀਂ ਆਂਦਾ ਮੰਮੀ ਮੈਂ ਕਰ ਲੈਣਾ ਵਾ 3000 ਮੁੰਡੇ ਨੇ ਦਿੱਤਾ ਵਾ 1000 ਮੈਂ ਦਿੱਤਾ 4000 ਅਸੀਂ ਉੱਥੇ ਨਸੀਰਪੁਰ ਬਾਬੇ ਨੂੰ ਜਮ੍ਹਾਂ ਕਰਾਇਆ ਵਿਆਹ ਦੀ ਤਰੀਕ ਲਿਖਾਏ ਉਹਨੇ ਪਰਚੀਆਂ ਲਿਖਤੀਆਂ ਇੱਕ ਮੁੰਡੇ ਕੋਲ ਇੱਕ ਮੇਰੇ ਕੋਲ ਵਾ ਤੇ 11 ਤਰੀਕ ਨੂੰ ਵਿਆਹ ਅਸੀਂ ਸਾਰੇ ਕਹਿ ਕੂ ਆਏ ਆ ਤੇ ਇਹਦੀ ਭੂਆ ਦੇ ਘਰ ਬੈਠੇ ਰੋਟੀ ਖਾ ਕੇ ਆਏ ਉਧਰੋਂ ਅਸੀਂ ਮੈਂ ਬੇਟੀ ਨੂੰ ਤਾਂ ਪਤਾ ਹੀ ਨਹੀਂ ਵਿਚਾਰੀ ਨੂੰ ਉਹਨੂੰ ਇੱਥੇ ਆਣ ਕੇ ਹੁਣ ਦੱਸਿਆ ਵਾ ਵੀ ਆਹ ਗੱਲ ਹੋ ਗਈ ਉਹਨੂੰ ਇਹ ਦੱਸਿਆ ਸੀਗਾ ਵੀ ਦੇਵ ਨੂੰ ਮਾੜੀ ਮੋਟੀ ਸੱਟ ਲੱਗੀ ਆ ਤੇ ਹਸਪੀਟਲ ਖੜਿਆ ਵਾ ਤੇ ਇਹੀ ਮਾਮਾ ਦਾ ਤਿਆਰ ਸੀ ਉੱਥੋਂ ਸਮਾਨ ਸਮੂਨ ਮਾਮੇ ਨੇ ਵਿਆਹ ਵਾਸਤੇ ਖਰੀਦਿਆ ਸੀ ਵੀ ਮੈਂ ਕੁੜੀ ਦੇ ਵਿਆਹ ਜਾਣਾ ਵਾ ਮੈਂ ਆਪਣੀ ਭਣੇਵੀ ਦਾ ਵਿਆਹ ਕਰਨਾ ਵਾ ਵੀ ਵੱਡੀ ਇਹੋ ਹੀ ਆ ਸਾਡੇ ਘਰ ਵਿੱਚ ਤੇ ਪਰਿਵਾਰ ਦੇ ਵਿੱਚ ਤਿੰਨ ਮਤਲਬ ਮੌਤਾਂ ਹੋ ਚੁੱਕੀਆਂ ਨੇ ਇਹ ਬੱਸੇ ਚੜ ਲੱਗੇ ਸੀ ਤੇ ਇਹਨਾਂ ਨੂੰ ਗੱਡੀ ਸੱਤ ਜਿਹੜੀ ਲਿਟ ਕੇ ਲੈ ਗਈ ਨਾਲ ਹਾਂਜੀ ਇਹ ਇਹਦੇ ਭਰਾ ਦਾ ਸਗਨ ਸੀ ਜੀ ਹਾਂਜੀ ਸਗਨ ਵੇਖ ਕੇ ਤੇ ਵਾਪਸ ਆਪਣੇ ਪਿੰਡ ਨੂੰ ਜਾਣ ਲੱਗੇ ਕਿਹੜੀ ਜਗ੍ਹਾ ਜਾਣਾ ਸੀ ਇਹਨਾਂ ਨੇ ਵੈਰੋ ਨਿਕਲ ਜਾਣਾ ਸੀ ਘਟਨਾ ਕਿਹੜੀ ਜਗ੍ਹਾ ਹੋਈ ਘਟਨਾ ਠਵਾਲ ਹੋਈ ਜੀ ਹਾਂਜੀ ਟਰੱਕ ਵਾਲਾ ਭੱਜ ਗਿਆ ਜੀ ਕੋਈ ਗੱਲ ਨਹੀਂ ਹੋਈ ਮੈਂ ਦੇਵ ਕੋਲ ਜਾਣਾ ਬਾਅਦ ਚ ਮੈਨੂੰ ਇੰਨਾ ਮਨ ਮੈਂ ਦੇਵ ਕੋਲ ਜਾਣਾ ਮੇਰਾ ਘਰ ਵਾਲਾ ਹੈ ਮੇਰਾ ਪ੍ਰਾਹੁਣਾ ਹੈ ਸ਼ਾਦੀ ਕਿੱਦਾਂ ਸੀ ਪੁੱਤ ਤੇ 11 ਤਰੀਕ ਨੂੰ ਸ਼ਾਦੀ ਹੋਣੀ ਸੀ ਹਾਂਜੀ ਮੈਨੂੰ ਲਾਲ ਲੈ ਕੇ ਆਵੀ ਤੇ ਮੈਂ ਨਾਲ ਦੇਵ ਦੇਵ ਆ ਸੂਟ ਵੀ ਉਹਨੇ ਸਵਾ ਕੇ ਦਿੱਤਾ ਪ੍ਰਾਹੁਣੇ ਨੇ ਮੁੰਡੇ